ਹੈਲੋ ਫਰੈਂਡਸ ਵੈਲਕਮ ਟੂ ਇਨਫੋਬੋਰਟ ਆਲ ਗਵਰਨਮੈਂਟ ਜobs ਗੱਲ ਕਰਾਂਗੇ ਉਪਵੇਦ ਦੀਆਂ 85 ਅਸਾਮੀਆਂ 30 ਪ੍ਰਤੀ ਲਈ 3 11 2020 ਨੂੰ ਹੋਈਆਂ ਵਕ ਵਕ ਇਸਿਆਰਜੀਆਂ ਦੀ ਮੰਗ ਕੀਤੀ ਗਈ ਸੀ ਇਹਨਾਂ ਅਰਜ਼ੀਆਂ ਦੀ ਮੰਗ ਕਰਨ ਤੋਂ ਬਾਅਦ ਹੁਣ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਕਾਉਂਸਲਿੰਗ ਸ਼ੁਰੂ ਹੋਣੀ ਹੈ ਠੀਕ ਹੈ ਜੀ ਕਾਉਂਸਲਿੰਗ ਹੈ ਜਿਹੜੀ 21 12 2020 ਤੋਂ 24 12 2020 ਤੱਕ ਬੋਰਡ ਦੇ ਦਫ਼ਤਰ ਭਵਨ ਸੈਕਟਰ 68 ਮੋਹਾਲੀ ਵਿਕੇ ਰੱਖੀ ਗਈ ਹੈ ਕਾਉਂਸਲਿੰਗ ਦਾ ਜਿਹੜਾ ਵਿਸਾਰਿਤ ਸਮਾਂ ਤੇ ਮੈਰਿਟ ਹੈ ਜਿਹੜੀ ਉਹ ਹੇਠ ਲਿਖੇ ਅਨੁਸਾਰ ਹੈ ਜਨਰਲ ਕੈਟਾਗਰੀ ਦੇ ਕੈਂਡੀਡੇਟ ਹੈ ਜਿਹੜੇ 63 ਜਾਂ ਇਸ ਤੋਂ ਵੱਧ ਦੀ 21 12 2020 ਸਵੇਰੇ 10 ਵਜੇ ਤੱਕ ਹੈ 67% ਤੋਂ 73% ਤੱਕ 21 12 2020 ਦੁਪਹਿਰ 12 ਵਜੇ ਤੋਂ 68% ਤੋਂ 68 ਤੱਕ 21 12 2020 ਸਵੇਰੇ 10 ਵਜੇ SCRO 64% ਜਾਂ ਇਸ ਤੋਂ ਵੱਧ ਲਈ 21 12 20 11 ਵਜੇ SCMB 63% ਜਾਂ ਇਸ ਤੋਂ ਵੱਧ 21 22 12 2020 12 ਵਜੇ BC 66% ਜਾਂ ਇਸ ਤੋਂ ਵੱਧ 23 12 20 ਸਵੇਰੇ 10 ਵਜੇ ਸਾਬਕਾ ਫੌਜੀ ਜਨਰਲ ਸਾਰੇ 23 12 2020 11 ਵਜੇ ਸਾਬਕਾ ਫੌਜੀ ਐਸਸੀ 23 12 12 ਵਜੇ ਸਾਬਕਾ ਫੌਜੀ ਬੀਸੀ 24 12 10 ਵਜੇ ਦਿਵਿਆਂਗ ਸਾਰੇ 24 12 11 ਵਜੇ ਖਿਡਾਰੀ ਜਨਰਲ 24 12 12 ਵਜੇ ਖਿਡਾਰੀ ਐਸਸੀ 24 12 12 ਵਜੇ ਇਹ ਜਿਹੜੀਆਂ ਡੇਟਸ ਨੇ ਇਹ ਸਾਰੇ ਕੈਂਡੀਡੇਟਸ ਜਿਨ੍ਹਾਂ ਨੇ ਉਪਵੈਦ ਦੀਆਂ 85 ਪੋਸਟਾਂ ਲਈ ਅਪਲਾਈ ਕੀਤਾ ਸੀ ਉਹੋ ਨੇ ਠੀਕ ਹੈ ਜੀ ਕੈਂਡੀਡੇਟਸ ਜਿਹੜੇ ਆਪਦੀ ਕਾਉਂਸਲਿੰਗ ਦੀ ਡੇਟ ਹੈ ਉਹ ਯਾਦ ਰੱਖ ਲੈਣ ਠੀਕ ਹੈ ਜੀ ਅਗਰ ਫੇਰ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਓ ਪੋਸਟਾਂ ਦੀ ਜਿਹੜੀ ਕੁਆਲਿਫਿਕੇਸ਼ਨ ਸੀਗੀ ਉਹ ਤਾਂ ਸਾਰਾ ਕੁਝ ਤੁਹਾਨੂੰ ਪਹਿਲਾਂ ਪਤਾ ਹੀ ਸੀ ਜਸਟ ਇੱਕ ਕਾਉਂਸਲਿੰਗ ਹੈ 21 12 ਤੋਂ ਸ਼ੁਰੂ ਹੋਣੀ ਹੈ 24 12 ਤੱਕ ਰਹੇਗੀ ਜੀ ਬਾਕੀ ਚੀਜ਼ ਆਪਾਂ ਨਹੀਂ ਪੜੀਆਂ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਵੀ ਕੋ ਉਮੀਦਵਾਰਾਂ ਨੇ ਜਿਹੜੇ ਉਹ ਸਾਰੇ ਤੁਹਾਦਾ ਤਾਂ ਹੁਣ ਸਾਰਾ ਸਾਰਾ ਕੁਝ ਤੁਹਾਨੂੰ ਪਤਾ ਹੀ ਹੈਗਾ ਸੂਚਿਤ ਪਹਿਲਾਂ ਕੀਤਾ ਗਿਆ ਸੀ ਉਹ ਜਾਣਕਾਰੀ ਤੁਸੀਂ ਪਹਿਲਾਂ ਪੜ੍ਹੀ ਹੋਊਗੀ ਠੀਕ ਹੈ ਇੱਕ ਵਾਰੀ ਆਪਾਂ ਦੁਬਾਰਾ ਫੇੜ ਪੜ੍ਹ ਦਿੰਨੇ ਆ ਅਧੀਨ ਚਵਾਵਾ ਚੌਣ ਬੋਰਡ ਪੰਜਾਬ ਵੱਲੋਂ ਇਸ ਇਹਾਸ ਨੰਬਰ 612 ਅਧੀਨ ਉਪਵੇਦ ਦੀਆਂ 85 ਅਸਾਮੀਆਂ ਦੀ ਭਰਤੀ ਲਈ ਮਿਤੀ 3/11/2012 ਨੂੰ ਵਕਵਾਕ ਅਖਬਾਰਾਂ ਵਿੱਚ ਪ੍ਰਕਾਸ਼ਿਤ ਸਿਆਰ ਰਾਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਅਸਾਮੀ ਉੱਪਰ ਉਮੀਦਵਾਰ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੇ ਨੋਟੀਫਿਕੇਸ਼ਨ 5/3/15 ਰਾਹੀਂ ਜਾਰੀ ਹਦਾਇਤਾਂ ਅਨੁਸਾਰ ਬੋਰਡ ਆਫ ਆਯੁਰਵੈਦਿਕ ਅਤੇ ਯੂਨਾਨੀ ਸਿਸਟਮ ਆਫ ਮੈਡੀਸਨ ਪੰਜਾਬ ਪਾਸ ਰਜਿਸਟ੍ਰੇਸ਼ਨ ਕਰਵਾਉਣ ਲਈ ਸੂਚਿਤ ਕੀਤਾ ਗਿਆ ਸੀ। ਹੁਣ ਅਧੀਨ ਸੇਵਾਵਾਂ ਚੋਣ ਵੱਲੋਂ ਪੰਜਾਬ ਵੱਲੋਂ ਇਹਨਾਂ ਅਸਾਮੀਆਂ ਲਈ ਕਾਉਂਸਲਿੰਗ ਕੀਤੀ ਜਾਣੀ ਹੈ। ਕਾਉਂਸਲਿੰਗ ਦੀ ਆਪਾਂ ਪਹਿਲਾਂ ਹੀ ਡਿਟੇਲ ਪੜ ਚੁੱਕੇ ਆ 21 ਬਰ ਤੋਂ ਸਟਾਰਟ ਹੋਣੀ ਹੈ 24 12 ਤੱਕ ਕਾਉਂਸਲਿੰਗ ਸਮੇਂ ਰਜਿਸਟਰੀ ਸਰਟੀਫਿਕੇਟ ਲਾਜ਼ਮੀ ਹੈ ਸਰਟੀਫਿਕੇਟ ਜ਼ਰੂਰ ਨਾਲ ਲੈ ਕੇ ਜਾਣਾ ਹੈ ਜੀ ਲਾਜ਼ਮੀ ਹੈ ਇਸ ਲਈ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ ਰਜਿਸਟ੍ਰੇਸ਼ਨ ਨਹੀਂ ਕਰਵਾਈ ਉਹ ਉਸ ਸਮੇਂ ਵਾਲੀ ਕਾਉਂਸਲਿੰਗ ਤੋਂ ਪਹਿਲਾਂ ਬੋਰਡ ਆਫ ਆਯੁਰਵੈਦਿਕ ਐਂਡ ਯੂਨਾਨੀ ਸਿਸਟਮ ਮੈਡੀਸਨ ਪਾਸ ਆਪਣੀ ਰਜਿਸਟ੍ਰੇਸ਼ਨ ਕਰਵਾ ਲੈਣ ਤਾਂ ਜੋ ਕਾਉਂਸਲਿੰਗ ਸਮੇਂ ਰਜਿਸਟਰ ਸਰਟੀਫਿਕੇਟ ਪਰਸ਼ੇਸ਼ ਕਰਨਾ ਲਾਜ਼ਮੀ ਹੈ ਇਹ ਗੱਲ ਜ਼ਰੂਰ ਯਾਦ ਕਰ ਲਿਓ ਰਜਿਸਟ੍ਰੇਸ਼ਨ ਸਰਟੀਫਿਕੇਟ ਹੈ ਜਿਹੜਾ ਉਹ ਪੇਸ਼ ਕਰਨਾ ਲਾਜ਼ਮੀ ਹੈ ਕੋਈ ਵੀ ਕੈਂਡੀਡੇਟ ਇਹ ਜਾ ਨਾ ਰਹੇ ਜਿਹੜਾ ਰਜਿਸਟ੍ਰੇਸ਼ਨ ਸਰਟੀਫਿਕੇਟ ਪੇਸ਼ ਨਾ ਕਰ ਪਾਵੇ ਠੀਕ ਹੈ ਜੀ ਇਸ ਲਈ ਕਾਉਂਸਲਿੰਗ ਅਧੂਰੀ ਮੰਨੀ ਜਾਊਗੀ ਰਜਿਸਟ੍ਰੇਸ਼ਨ ਸਰਟੀਫਿਕੇਟ ਜ਼ਰੂਰ ਲੈ ਕੇ ਆਇਓ ਹੋਰ ਪੋਸਟਾਂ ਦੇ ਨਾਲ ਜਾਂ ਹੋਰ ਇਹਦੇ ਨਾਲ ਦੀ ਜਾਣਕਾਰੀ ਦੇ ਨਾਲ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਬੀ ਸੇਫ ਸਟੇ ਕਨੈਕਟਿਡ